ਮਨਪੀ ਹੈ ਸੁਣ ਸ਼ਬਦ ਵਿਚਾਰਾ ਮਨਪੀ ਹੈ ਸੁਣ ਸ਼ਬਦ ਵਿਚਾਰਾ ਜਿਵੇਂ ਧਮ ਵਰਸੈ ਉਰਤธารਾ ਮਨਪੀ ਹੈ ਸੁਣ ਸ਼ਬਦ ਵਿਚਾਰਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸ਼ੁਕਰ ਵਾਹਿਗੁਰੂ ਜੀ ਦਾ ਅੱਜ دیدار ਕਰ ਰਹੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 290 ਦੇ ਉਪਰੰਕਿਤ ਸੁਖਮਨੀ ਸਾਹਿਬ ਜੀ ਦੀ ਬੀਮੇਸ਼ਤ ਪਦੀ ਚੱਲ ਰਹੀ ਹੈ। ਕੱਲ ਤੱਕ ਚਾਰ ਪਦਿਆਂ ਦੀ ਵਿਚਾਰ ਆਪਾਂ ਕੀਤੀ ਸੀ। ਅੱਜ ਫਿਰ ਤੁਹਾਡੇ ਘਰ ਵਿੱਚ ਤੁਹਾਡੇ ਸਨਮੁਖ ਆਪਣੇ ਗੁਰੂ ਦਾ ਚਾਕਰ ਤੇ ਤੁਹਾਡਾ ਚਾਕਰ ਬਣ ਕੇ ਹਾਜ਼ਰ ਹੋਇਆ ਹਾਂ। ਹੋ ਕਰੀਏ دیدار ਜੀ। ਸਤ ਜਨ ਸੰਤ ਕਰਹ ਇਹ ਕਾਮ ਗੁਰਸੇਵ ਸਾਨੂੰ ਸੱਜਣ ਮਿੱਤਰ ਕਹਿ ਕੇ ਸੰਤ ਜਨ ਕਹਿ ਕੇ ਕਿਉਂਕਿ ਹਰ ਗੁਰਸਿੱਖ ਨੇ ਅੰਦਰੋਂ ਸੰਤ ਤੇ ਬਾਹਰੋਂ ਸਿਪਾਹੀ ਬਣਨਾ ਸਾਨੂੰ ਕਹਿ ਰਹੇ ਨੇ ਇੱਕ ਕੰਮ ਕਰਾ ਜਿਹੜਾ ਅਨੰਤ ਆਗੇ ਜਪੋ ਹਰ ਨਾਮ ਫਸਟ ਪ੍ਰਾਇੋਰਟੀ ਤੇ ਵਾਹਿਗੁਰੂ ਜੀ ਦਾ ਨਾਮ ਆਪਣੀ ਜ਼ਿੰਦਗੀ ਚ ਪਹਿਲੀ ਤਰਜੀਹ ਰੱਬ ਦੇ ਨਿਜ਼ਮ ਨੂੰ ਫੋਲੋ ਕਰਨਾ ਇਹ ਨਿਜ਼ਮ ਰੂਪੀ ਨਾਮ ਨੂੰ ਜਪਣਾ ਆਪਣੀ ਜ਼ਿੰਦਗੀ ਚ ਫਰਸਟ ਪ੍ਰਾਇੋਰਟੀ ਤੇ ਰੱਖ ਸਭ ਤੋਂ ਪਹਿਲਾ ਕੰਮ ਕੀ ਹੈ ਰੱਬ ਦੇ ਸੱਚੇ ਗਿਆਨ ਗੁਰਬਾਣੀ ਦੀਆਂ ਸਿੱਖਿਆਵਾਂ ਨੂੰ ਜ਼ਿੰਦਗੀ ਚ ਪ੍ਰੈਕਟੀਕਲ ਜੀਵਣਾ ਇਹ ਗਿਆਨ ਰੂਪੀ ਨਾਮ ਨੂੰ ਜਪਣਾ ਕਿ ਮਨ ਕੇ ਸਭ ਤੋਂ ਤੇਰੇ ਲਈ ਜ਼ਰੂਰੀ ਹੈ ਵਾਹਿਗੁਰੂ ਪਿਆਰੇ ਦੀ ਮਿੱਠੀ ਮਿੱਠੀ ਯਾਦ ਦੇ ਸਿਮਰਨ ਰਾਸ ਵਿੱਚ ਕਿਉਂ ਦੀ ਪੈ ਪੈ ਨੀ ਪਵਨੀ ਵੀ ਜਿਉਣਾ ਕਿ ਧਿਆਨ ਨੂੰ ਵੀ ਨਾਮ ਨੂੰ ਜਪਣਾ ਹੈ ਬਾਕੀ ਸਭ ਛੱਡ ਦੇ ਭਾਵ ਜਿਹੜੀਆਂ ਚੀਜ਼ਾਂ ਤੇਰੇ ਇਸ ਫਸਟ ਪ੍ਰਾਇੋਰਟੀ ਬੇਸਿਸ ਕਾਰਜ ਦੇ ਲਈ ਪਹਿਲੀ ਤਰਜੀਹ ਦੇ ਆਧਾਰ ਤੇ ਜੋ ਕਰਨਾ ਹੈ ਉਹਦੇ ਲਈ ਜੋ ਰਕਾवटਾਂ ਬਣਦੀਆਂ ਨੇ ਛੱਡ ਦੇ ਉਸ ਸਿਮਰ 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 ਸੁਖ ਪਾਵਹੁ ਉਹਦੀ ਮਿੱਠੀ ਮਿੱਠੀ ਯਾਦ ਐ ਸਿਮਰਨ ਰਸ ਵਿੱਚ ਜਿਉਂ ਕੇ ਦੇਖੋ ਪਿਆਰੇ ਦੇ ਪ੍ਰੇਮ ਰਸ ਵਿੱਚੋਂ ਨਿਕਲੀ ਹੋਈ ਪਿਆਰੇ ਦੀ ਯਾਦ ਨੂੰ ਜਿਉਂ ਕੇ ਦੇਖੋ ਅੰਦਰ ਇੱਕ ਸੰਤੋਸ਼ਟੀ ਇੱਕ ਸ਼ੁਕਰਾਨਾ ਜਾਗਦਾ ਹੈ ਆਤਮਿਕ ਸੁਖ ਕਹਿੰਦੇ ਨੇ ਉਸਨੂੰ ਇਹ ਪ੍ਰਾਪਤ ਕਰੋ ਸਤਗੁਰੂ ਜੀ ਕਹਿੰਦੇ ਉਹਦੀ ਯਾਦ ਵਿੱਚੋਂ ਫਿਰ ਪਿਆਰਿਆ ਇਹ ਕੰਮ ਕਰ ਆਪ ਜਪੋ ਅਬਰਾਹ ਨਾਮ ਜਪਾਓ ਜਿੰਨੀਆਂ ਦਾਤਾਂ ਗੁਰੂ ਤੋਂ ਲਈਆਂ ਨੇ ਉਹਨਾਂ ਨੂੰ ਬੰਡ ਜਿੰਨੀ ਸੋਝੀ ਤੈਨੂੰ ਮਿਲੀਏ ਗੁਰੂ ਦੀ ਸੋਝੀ ਬੰਡ ਆਪਣੀ ਜ਼ੁਬਾਨ ਦੇ ਨਾਲ ਜਿੰਨੀ ਗੁਰੂ ਦੀ ਸੋਝੀ ਬੰਡਾਂਗੇ ਉਹਨਾਂ ਸਹਿਜ ਮਿਲਦਾ ਜਾਏਗਾ ਜੀਵਨ ਭਗਤੀ ਬਣੇਗਾ ਭਗਤ ਭਾਏ ਤਰੀਏ ਸੰਸਾਰ ਭਗਤੀ ਵਾਹਿਗੁਰੂ ਪਿਆਰੇ ਦੇ ਪ੍ਰੇਮ ਰਸ ਵਿੱਚ ਭਿੱਜ ਕੇ ਹੁੰਦੀ ਹੈ ਉਦੇ ਪਿਆਰ ਭਾਵਨੀ ਵਿੱਚ ਜਿਉਣਾ ਉਹਦੇ ਪਿਆਰ ਵਿੱਚ ਜਿਉਣਾ ਉਹਦੇ ਗੁਣਾਂ ਦਾ ਸ਼ੁਕਰਾਨਾ ਕਰਨਾ ਗੁਣਾ ਵਾਲਾ ਜੀਵਨ ਜਿਉਣਾ ਗੁਣਾ ਨਾਲ ਪਰਪਕਾਰ ਕਰਨਾ ਤੇ ਸ਼ੁਕਰਾਨੇ ਵਿੱਚ ਰਹਿਣਾ ਆ ਸੰਸਾਰ ਦੇ ਚੰਜਟਾਂ ਤੋਂ ਚਿੰਤਾਵਾਂ ਦੁੱਖਾਂ ਵਿੱਚ ਬੇਗਨ ਰਕਾਬਟਾਂ ਵਿੱਚ ਬੇਕਾਰਾਂ ਦੀਆਂ ਆਤਮ ਵਿੱਚ ਡੁੱਬਣ ਤੋਂ ਬਚ ਜਾਏਗਾ ਜੀਵਨ ਨੂੰ ਮੈਨੇਜ ਕਰਨਾ ਆ ਜਾਂਦਾ ਏ ਇਸ ਸੰਸਾਰ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਬੇਚਾਰਾ ਭਾਵਨਾਵਾਂ ਦੀਆਂ ਲਹਿਰਾਂ ਨੇ ਉਹਦੇ ਚ ਦੁਨੀਆ ਡੁੱਬਦੀ ਐ ਬਚ ਜਾਏਗਾ ਬੇਨ ਭਗਤੀ ਤਨ ਹੋਸੀ ਛਾਰ ਜੇ ਤੈਨੂੰ ਜੀਵਨ ਭਗਤੀ ਨਾਲ ਨਾ ਬਣਾਉਣਾ ਆਇਆ ਇਹ ਸਰੀਰ ਐਵੇਂ ਮਿੱਟੀ ਦੀ ਢੇਰੀ ਐ ਫਜ਼ੂਲ ਐ ਬ्यर्थ ਐ ਦੁਜਿਆਂ ਲਈ ਕੁਝ ਨਹੀਂ ਕਰ ਸਕਿਆ ਆਪਣੇ ਗੁਰੂ ਲਈ ਕੁਝ ਨਹੀਂ ਕਰ ਸਕਿਆ ਗੁਰੂ ਦੀ ਕੌਮ ਲਈ ਕੁਝ ਨਹੀਂ ਕਰ ਸਕਿਆ ਇੱਕ ਦਿਨ ਮਿੱਟੀ ਦੀ ਢੇਰੀ ਹੋ ਜਾਣਾ ਐ ਇਹਦੀ ਕੀਮਤ ਸਮਝੇ ਦੀ ਵੈਲਿਊ ਸਮਝੇ ਸਰਬ ਕਲਿਆਣ ਸੁਖ ਨਿਧ ਨਾਮ ਕਲਿਆਣ ਖੁਸ਼ੀ ਸਭ ਤੋਂ ਵੱਡੀ ਖੁਸ਼ੀ ਹੈ ਸਭ ਤੋਂ ਵੱਡਾ ਸੁਖ ਹੈ ਅੰਦਰ ਸੰਤੁਸ਼ਟੀ ਸੁਖ ਸ਼ੁਕਰਾਨਾ ਮਿਲਦਾ ਕਿਥੋਂ ਹੈ ਨਿਧ ਨਾਮ ਆ ਜਿਹੜਾ ਨਾਮ ਹੈ ਨਾ ਇਹ ਖਜ਼ਾਨਾ ਹੈ ਖੁਸ਼ੀ ਦਾ ਆਤਮਿਕ ਸੁਖ ਦਾ ਤੇ ਨਾਮ ਦੇ ਤਿੰਨੋਂ ਰੂਪ ਸਮਝਿਓ ਇੱਕ ਵੀ ਰੂਪ ਜ਼ਿੰਦਗੀ ਚ ਨਹੀਂ ਹੈ ਉਹ ਕਮਜ਼ੋਰ ਹੈ ਨਾਮ ਜਪਣਾ ਰੱਬ ਦੇ ਨਿਜ਼ਮ ਨੂੰ ਫੋਲੋ ਕਰਨਾ ਨਾਮ ਜਪਣ ਦਾ ਇੱਕ ਰੂਪ ਹੈ ਗੁਰਬਾਣੀ ਦੀਆਂ ਸਿੱਖਿਆਵਾਂ ਨੂੰ ਪ੍ਰੈਕਟੀਕਲ ਸੋਰਸ ਬਹੁਤੇ ਲਾਗੂ ਕਰਕੇ ਜਿਉਣਾ ਇਹ ਗਿਆਨ ਰੂਪੀ ਨਾਮ ਦੂਸਰਾ ਰੂਪ ਹੈ ਤੇ ਉਹਦੇ ਪਿਆਰੇ ਦੀ ਮਿੱਟੀ ਮਿੱਟੀ ਯਾਦ ਦੇ ਸਿਮਰਨ ਰਾਸ ਵਿੱਚ ਭੈ ਭਾਵਨੀ ਵਿੱਚ ਫੈਸਲੇ ਲੈਣੇ ਇਹ ਧਿਆਨ ਰੂਪੀ ਨਾਮ ਤੀਸਰਾ ਰੂਪ ਹੈ ਬਸ ਇਹੋ ਹੀ ਖਜ਼ਾਨਾ ਹੈ ਇਹਦੇ ਚੋਂ ਖੁਸ਼ੀ ਮਿਲਣੀ ਹੈ ਅੰਦਰ ਸੰਤੁਸ਼ਟੀ ਸ਼ੁਕਰਾਨਾ ਅਤਮਿਕ ਸੁਖ ਮਿਲਣਾ ਨਹੀਂ ਤੇ ਮਨ ਡੁੱਬਦਾ ਬੂਡਤ ਜਾਤ ਪਾਏ ਬਿਸ਼ਰਾਮ ਇਹ ਜਿਹੜਾ ਮਨ ਡੁੱਬਦਾ ਹੈ ਨਾ ਇਹਨੂੰ ਟਿਕਾਣਾ ਮਿਲ ਜਾਂਦਾ ਬਿਸ਼ਰਾਮ ਇਹਨੂੰ ਦਿਸ਼ਾ ਮਿਲ ਜਾਂਦੀ ਹੈ ਕਿ ਮੰਜ਼ਲ ਵੱਲ ਨੂੰ ਵੱਧਦਾ ਹੈ ਜਿਉਣ ਦੀ ਯੋਗਤਾ ਜਾਂਦੀ ਸਗਲ ਦੁੱਖ ਕਾਹੋ ਵਤਨਾਸ਼ ਜਿਹੜੀਆਂ ਛੋਟੀਆਂ-ਛੋਟੀਆਂ ਗੱਲ ਤੇ ਚਿੰਤਾ માં ਪਰਮਪਲੇਖੇ ਉਹਦੇ ਚ ਦੁੱਖ ਪੈਦਾ ਹੋਣਾ ਦੁਖੀ ਹੋ ਜਾਣਾ ਇਹ ਸਾਰਾ ਨਾਸ਼ ਹੋ ਜਾਏ ਨਵੇਂ ਜੀਵਨ ਜਿਉਣਾ ਸ਼ੁਰੂ ਹੋ ਜਾਂਦਾ ਹੈ ਨਾਨਕ ਨਾਮ ਜਪਹੁ ਗੁਣਤਾਸ ਇਹ ਨਾਨਕ ਜੀ ਉਸ ਗੁਣਾ ਦੇ ਖਜ਼ਾਨੇ ਦੇ ਨਾਮ ਨੂੰ ਜਪ ਤੇਰੇ ਅੰਦਰ ਗੁਣਾ ਦਾ ਖਜ਼ਾਨਾ ਪਰ ਜਾਏਗਾ ਗੁਣ ਅੰਦਰ ਹੀ ਜਾਗ ਪੈਣਗੇ ਪਿਆਰਾ ਅੰਦਰ ਹੈ ਹਰ ਤਰ੍ਹਾਂ ਦੀ ਕਲਾ ਅੰਦਰ ਹੈ ਉਹ ਕਲਾ ਸੁੱਤੀਆਂ ਪੰਨਿਆਂ ਨੇ ਜਾਗ ਪੈਣੀਆਂ ਨੇ ਹਰ ਗੁਣ ਅੰਦਰ ਹੈ ਗੁਣ ਜਾਗ ਪੈਂਦਾ ਹੈ ਉਪਜੀ ਪ੍ਰੀਤ ਪ੍ਰੇਮ ਰਸ ਚਾਓ ਇਹਨਾਂ ਪਿਆਰੇ ਦੀ ਪ੍ਰੀਤ ਦੇ ਵਿੱਚੋਂ ਪ੍ਰੇਮ ਦੇ ਰਸ ਦਾ ਚਾਉ ਪੈਦਾ ਹੁੰਦਾ ਹੈ। ਮਨ ਤਾਂ ਅੰਦਰ ਇਹ ਹੀ ਸੁਆਉ ਮਨੰਦਰ ਇੱਕੋ ਇੱਕ ਮਕਸਦ ਹੁੰਦਾ ਹੈ ਪਿਆਰੇ ਦੇ ਪ੍ਰੇਮ ਰਸ ਦੀਆਂ ਬੂੰਦਾਂ ਦਾ ਆਨੰਦ ਮਾਣਾ। ਉਹਦੇ ਪ੍ਰੇਮ ਰਾਸ ਤੇ ਉਹਦੇ ਯਾਦਾਂ ਦੀ ਗੱਲਬੱਕੜੀ ਹੀ ਅਸਲੀ ਮਕਸਦ ਹੈ। ਜਿੰਨਾ ਪਿਆਰੇ ਲਈ ਜਿਉਵਾਂਗੇ ਜਿੰਨਾ ਪਿਆਰੇ ਲਈ ਆਪਾਂ ਵਾਰਾਂਗੇ ਉਹਨਾਂ ਪਿਆਰੇ ਦੀ ਗੱਲ ਬੱਕੜੀ ਸਦਾ ਮਹਿਸੂਸ ਕਰਾਂਗੇ ਜਿੰਨਾ ਪਿਆਰੇ ਦੀ ਯਾਦ ਵਿੱਚ ਭਿੱਜੇ ਰ੍ਹਾਂਗੇ ਉਹਨਾਂ ਜਿਆਦਾ ਮਹਿਸੂਸ ਹੋਇਆ ਪਿਆਰੇ ਦੀ ਗੱਲ ਬੱਕੜੀ ਦੀ ਇੱਕ ਖਿੱਚ ਪੈਦਾ ਹੋਏਗੀ ਬਸ ਫਿਰ ਪਿਆਰੇ ਪ੍ਰਭੂ ਲਈ ਜਿਉਣ ਦੀ ਜੁਗਤ ਆ ਜਾਏਗੀ ਨੇਤਰਾਂ 'ਤੇ ਇੱਕ ਦਰਸ ਸੁਖ ਹੋਏ ਜਿੱਧਰ ਵੀ ਨਜ਼ਰ ਮਾਰੀਏ ਪਿਆਰਾ ਦਿਖਾਈ ਦਿੰਦਾ ਹੈ ਜਦੋਂ ਵਾਹਿਗੁਰੂ ਜੀ ਹਰ ਪਾਸੇ ਮਹਿਸੂਸੁੰਦੇ ਨੇ ਮਹਿਸੂਸ ਹੋਣਾ ਕੀ ਹੈ ਤੁਹਾਡੀ ਜ਼ਿੰਦਗੀ ਵਿੱਚ ਜੋ ਵੀ ਵਰਤਾਰੇ ਵਰਤਦੇ ਨੇ ਉਹਨਾਂ ਨੂੰ ਅਸੀਂ ਦੋ ਤਰੀਕਿਆਂ ਦੇ ਨਾਲ ਮੰਨਤੇ ਲਾਉਨੇ ਆ ਕੁਝ ਚੰਗੇ ਲੱਗਦੇ ਨੇ ਕੁਝ ਸਾਨੂੰ ਚੰਗੇ ਨਹੀਂ ਲੱਗਦੇ ਬੁਰੇ ਲੱਗਦੇ ਨੇ ਜਿਹੜੇ ਵਰਤਾਰੇ ਚੰਗੇ ਲੱਗਦੇ ਨੇ ਅਸੀਂ ਖੁਸ਼ ਹੁੰਨੇ ਆ ਛੁੱਟੀ ਜੀ ਖੁਸ਼ੀ ਹੈ ਬਹੁਤਾ ਚਰਨੀ ਰਹਿੰਦੀ ਜਿਹੜੇ ਵਰਤਾਰੇ ਨਹੀਂ ਚੰਗੇ ਲੱਗਦੇ ਉਹਨੂੰ ਮਨ ਤੇ ਲਾ ਲੈਨੇ ਆ ਚਿੰਤਾ ਦੁੱਖ ਜਿਆਦਾ ਚਰ ਹੰਡਾਈ ਜਾਂਦੇ ਆ ਪਰ ਜੇ ਤੂੰ ਸਮਝ ਪਈ ਕਿ ਜਿਹੜੇ ਵਰਤਾਰੇ ਚੰਗੇ ਲੱਗਦੇ ਨੇ ਉਹ ਤਾਂ ਮੈਨੂੰ ਸ਼ੁਕਰਾਨਾ ਦੇਣ ਵਾਸਤੇ ਨੇ ਜਿਹੜੇ ਵਰਤਾਰੇ ਚੰਗੇ ਨਹੀਂ ਲੱਗਦੇ ਉਹ ਮੇਰੀ ਪ੍ਰੀਖਿਆ ਹੈ ਮੈਂ ਸਹਜ ਵਿੱਚ ਰਹਿਣਾ ਨਿਮਰਤਾ ਵਿੱਚ ਰਹਿਣਾ ਪਿਆਰੇ ਦੇ ਲਈ ਆਪਾ ਵਾਰਨਾ ਇਕ ਚੰਗੇ ਵਰਤਾਰੇ ਵੀ ਪਿਆਰੇ ਦੇ ਚੋਜ ਲੱਗਦੇ ਨੇ ਜਿਹੜੇ ਵਰਤਾਰੇ ਨਹੀਂ ਚੰਗੇ ਲੱਗਦੇ ਉਹ ਵੀ ਪਿਆਰੇ ਦੇ ਚੋਜ ਲੱਗਦੇ ਨੇ ਪਿਆਰਾ ਹਰ ਵਰਤਾਰੇ ਵਿੱਚ ਵਸਿਆ ਦਿਖਾਈ ਦਿੰਦਾ ਹੈ ਉਹਨੂੰ ਕਹਿੰਦੇ ਨੇ ਦਰਸ਼ਨ ਇਹਦੇ ਚ ਸੁੱਖ ਮਿਲਦਾ ਨੇਤਰਾ ਹੋ ਪੇਖ ਦਰਸ ਸੁਖੋਏ ਮਨ ਬੇਗੇ ਸੱਚ ਸਾਧ ਚਰਨ ਧੋਏ ਸਾਧੂ ਗੁਰੂ ਸਾਹਿਬ ਨੇ ਗੁਰਬਾਣੀ ਦੇ ਰਚਨਹਾਰੇ ਨੇ ਗੁਰਬਾਣੀ ਦੀਆਂ ਸਿੱਖਿਆਵਾਂ ਉਹਨਾਂ ਦੇ ਚਰਨ ਨੇ ਉਹਨੂੰ ਮੰਨਣਾ ਮਨ ਦੇ ਅੰਦਰ ਇੱਕ ਪ੍ਰੇਮ ਰਸ ਜਾਗਣਾ ਉਹ ਪਿਆਰੇ ਦੇ ਚਰਨਾਂ ਦੇ ਕਮਲਾਂ ਦਾ ਰਸ ਹੈ ਉਹਦੇ ਨਾਲ ਅੰਦਰੋਂ ਮੈਲ ਧੋਤੀ ਜਾਂਦੀ ਹੈ ਉਹਨੂੰ ਧੋਣਾ ਕਹਿੰਦੇ ਨੇ ਇਹਦੇ ਵਿੱਚ ਮਨ ਵਿੱਚ ਸੋਜੀ ਵੀ ਆਉਂਦੀ ਹੈ ਮਨ ਵਿੱਚ ਆਨੰਦ ਵੀ ਆਉਂਦਾ ਉਹਨੂੰ ਮਨ ਦਾ ਵਿਕਸ਼ਣਾ ਕਹਿੰਦੇ ਨੇ ਮਨ ਵਿਕਸ਼ਾ ਸਾਧ ਚਰਨ ਧੋਏ ਭਗਤ ਜਨ ਕੈ ਮਨ ਤਨ ਰੰਗ ਫਿਰ ਜਿਹੜੇ ਭਗਤ ਬਣ ਜਾਂਦੇ ਨੇ ਉਹ ਚੱਕਰ ਹੁੰਦੇ ਨੇ ਜਨ ਜਿਹੜੇ ਆਪਣੇ ਪਿਆਰੇ ਲਈ ਆਪਾ ਵਾਰਦੇ ਨੇ ਉਹਨਾਂ ਦੇ ਮਨ ਵਿੱਚ ਵੀ ਪ੍ਰੇਮ ਦਾ ਰਸ ਹੁੰਦਾ ਏ ਉਸ ਰਸ ਨੂੰ ਮਾਣਦੇ ਨੇ ਵੰਡਦੇ ਨੇ ਉਹਨਾਂ ਦੇ ਤਨ ਤਨ ਅੰਦਰ ਦੇ ਅਰਥ ਉਹਨਾਂ ਦੇ ਨਿਸ਼ਾਨੇ ਦੂਸਰਿਆਂ ਲਈ ਜਿਉਣਾ ਹੈ ਉਹ ਦੂਸਰਿਆਂ ਲਈ ਜਿਉਂਦੇ ਨੇ ਆਪਣੇ ਪਿਆਰੇ ਦੇ ਪ੍ਰੇਮ ਰਸ ਵਿੱਚ ਜੇ ਦੂਸਰਿਆਂ ਲਈ ਜਿਉਂਦੇ ਨੇ ਆਪਣੇ ਪਿਆਰੇ ਦਾ ਪ੍ਰੇਮ ਰਸ ਵੰਡਦੇ ਨੇ ਬਿਰਲਾ ਕੋ ਪਾਵੈ ਸੰਗ ਪਰ ਬਿਰਲੇ ਨੇ ਜਿਹੜੇ ਸੰਗਤ ਪ੍ਰਾਪਤ ਕਰਦੇ ਨੇ ਜਿਹੜੇ ਸੰਗ ਪ੍ਰਾਪਤ ਕਰਦੇ ਪਿਆਰਾ ਤਾਂ ਸਭ ਨੂੰ ਵੰਡਦਾ ਏ ਇਹਨੂੰ ਪ੍ਰਾਪਤ ਵਿਰਲੇ ਕਰਦੇ ਨੇ ਪਿਆਰੇ ਦੇ ਉਹ ਪਿਆਰੇ ਪਿਆਰੇ ਦੇ ਚੱਕਰ ਉਹਦੇ ਪ੍ਰੇਮ ਰਸ ਵਿੱਚ ਭਿੱਜੇ ਹੋਏ ਹੋਰਨਾਂ ਨੂੰ ਰਸ ਵੰਡਦੇ ਨੇ ਪਰ ਹਰ ਇੱਕ ਨੂੰ ਪੂਰਾ ਨਹੀਂ ਮਿਲਦਾ ਵਿਰਲਾ ਕੋ ਪਾਵਾਂ ਸੰਗ ਵਿਰਲੇ ਨੇ ਪਗਾਂ ਵਾਲੇ ਨੇ ਇੱਕ ਅਵਸਥ ਦੀ ਜੈ ਕਰਮਾਇਆ ਬਸ ਇੱਕ ਵਸਤ ਹੈ ਉਹਨੂੰ ਬਖਸ਼ਿਸ਼ ਕਹਿੰਦੇ ਨੇ ਬਖਸ਼ਿਸ਼ ਹੀ ਸਭ ਤੋਂ ਵੱਡੀ ਸਾਧ ਹੈ ਚਾਹੇ ਛੋਟਾ ਚਾਹੇ ਵੱਡਾ ਜੇ ਬਖਸ਼ਿਸ਼ ਹੈ ਤਾਂ ਇਹ ਇੱਕ ਹੈ ਜੇ ਬਖਸ਼ਿਸ਼ ਨਹੀਂ ਤਾਂ ਇਕਲੈ ਹੈ ਬੱਚਾ ਚਾਹੇ ਇੱਕ ਹੈ ਚਾਹੇ ਦੋ ਹੈ ਚਾਹੇ ਚਾਰ ਹੈ ਚਾਹੇ 3 ਨੇ ਚਾਹੇ ਪੁੱਤਰ ਨੇ ਚਾਹੇ ਦੋਨੋਂ ਹੀ ਨੇ ਬਖਸ਼ਿਸ਼ ਹੈ ਤੇ ਆਗਿਆਕਾਰੀ ਹੈ ਜੇ ਬਖਸ਼ਿਸ਼ ਨਹੀਂ ਹੈ ਤਾਂ ਫਿਰ ਆਗਿਆਕਾਰੀ ਨਹੀਂ ਹੈ ਇੱਕ ਵਸਤ ਬਖਸ਼ਿਸ਼ ਹੈ ਏ ਵਾਹਿਗੁਰੂ ਦੀ ਕਿਰਪਾ ਕਰਕੇ ਦਿੰਦੇ ਨੇ ਉਹ ਗੁਰ ਪ੍ਰਸਾਦ ਨਾਮ ਜਪ ਲਿਆ ਮਿਲਦੀ ਜੋ ਨਾਮ ਜਪਣ ਦੀ योग्यता ਹੁੰਦੀ ਹੈ ਧਨ ਰੂਪੀ ਨਾਮ ਨਿਜ਼ਮ ਰੂਪੀ ਨਾਮ ਗਿਆਨ ਰੂਪੀ ਨਾਮ ਉਹਦੇ ਨਿਜ਼ਮ ਨੂੰ ਫੋਲੋ ਕਰਨਾ ਉਹਦੇ ਉਪਦੇਸ਼ਾਂ ਨੂੰ ਜ਼ਿੰਦਗੀ ਵਿੱਚ ਸੋਚ ਸਬਾਅ ਤੇ ਲਾਗੂ ਕਰਕੇ ਪ੍ਰੈਕਟੀਕਲ ਜਿਉਣਾ ਮਿੱਟੀ ਮਿੱਟੀ ਯਾਦ ਦੇ ਸਿਮਰਨ ਰਸ ਵਿੱਚ ਜਿਉਣਾ ਇਹ ਨਾਮ ਜਪਣਾ ਹੈ ਗੁਰੂ ਦੀ ਕਿਰਪਾ ਦੇ ਨਾਲ ਮਿਲਦਾ ਤਾਂ ਕਿ ਉਪਮਾ ਕਹੀ ਨਾ ਜਾਏ ਜਿਹਨਾਂ ਨੂੰ ਪ੍ਰਾਪਤ ਹੁੰਦਾ ਹੈ ਜਿਹੜੇ ਚੱਕਰ ਬਣਦੇ ਨੇ ਉਹਨਾਂ ਦੀ ਵਡਿਆਈ ਨਹੀਂ ਕੀਤੀ ਜਾ ਸਕਦੀ ਉਹਨਾਂ ਨੂੰ ਸਮਝਿਆ ਹੀ ਨਹੀਂ ਜਾ ਸਕਦਾ ਕਮਾਲ ਨੇ ਕਮਾਲ ਤੋਂ ਪਰੇ ਨੇ ਨਾਨਕ ਰਹਿਿਆ ਸਰਬ ਸਮਾਏ ਨਾ ਪਿਆਰੇ ਵਾਹਿਗੁਰੂ ਜੀ ਦੀ ਵਡਿਆਈ ਕੀਤੀ ਜਾ ਸਕੇ ਨਾ ਵਾਹਿਗੁਰੂ ਜੀ ਦੇ ਚੱਕਰਾਂ ਦੀ ਵਡਿਆਈ ਕੀਤੀ ਜਾ ਸਕੇ ਨਾ ਵਾਹਿਗੁਰੂ ਜੀ ਨੂੰ ਕੋਈ ਪੂਰਾ ਸਮਝ ਸਕਦਾ ਨਾ ਉਹਨਾਂ ਦੇ ਚੱਕਰਾਂ ਨੂੰ ਕੋਈ ਪੂਰਾ ਸਮਝ ਸਕਦਾ ਹੈ ਕਿਉਂਕਿ ਪਿਆਰਾ ਵਾਹਿਗੁਰੂ ਜੀ ਹਰ ਥਾਂ ਤੇ ਸਮਾਇਆ ਹੋਇਆ ਤੇ ਚਾਕਰ ਉਹਦੇ ਵਿੱਚ ਸਮਾਏ ਰਹਿੰਦੇ ਨੇ ਪਿਆਰਾ ਵਾਹਿਗੁਰੂ ਜੀ ਆਪਣੇ ਚਾਕਰਾਂ ਨੂੰ ਪਿਆਰ ਕਰਦੇ ਨੇ ਚਾਕਰ ਉਹਦੇ ਪਿਆਰ ਵਿੱਚ ਭੇਜੇ ਹੁੰਦੇ ਨੇ ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ ਪ੍ਰਭ ਬਖਸ਼ਾਂ ਦਾ ਦੀਨ ਦਇਆਲ ਵਾਹਿਗੁਰੂ ਜੀ ਦਇਆਲੂ ਨੇ ਨਿਮਾਨਿਆਂ ਤੇ ਬਖਸ਼ਿਸ਼ ਕਰਦੇ ਨੇ ਦੀਨ ਹੁੰਦਾ ਨਿਮਾਨੇ ਨਿਮਰਤਾ ਵਾਲੇ ਆਗੇ ਤਾਂ ਬਸ਼ਾਲ ਸਦਾ ਕਿਰਪਾਲ ਜੋ ਕਿਰਪਾ ਕਰਦੇ ਨੇ ਉਹਨਾਂ ਦਾ ਸੁਭਾਅ ਹੈ ਉਹ ਆਪਣੇ ਪਿਆਰਿਆਂ ਤੇ ਭਗਤੀ ਕਰਨ ਵਾਲਿਆਂ ਤੇ ਸਦਾ ਦਇਆ ਕਰਦੇ ਨੇ ਜਿਹੜੇ ਗੁਰੂ ਦੇ ਚਾਕਰ ਬਣ ਜਾਂਦੇ ਨੇ ਗੁਰੂ ਦੇ ਮਾਰਗ ਤੇ ਆਪਾ ਵਾਰ ਦਿੰਦੇ ਨੇ ਵਾਹਿਗੁਰੂ ਜੀ ਉਹਨਾਂ ਤੇ ਤਰਸ ਕਰਦੇ ਅਨਾਥ ਨਾਥ ਗੋਵਿੰਦ ਗੋਪਾਲੇ ਏ ਨਾਥਾਂ ਦੇ नाथ ਜਿਨ੍ਹਾਂ ਦਾ ਕੋਈ ਵੀ ਆਸਰਾ ਨਹੀਂ ਉਹਨਾਂ ਦੇ ਤੁਸੀਂ ਮਾਲਕ ਪ੍ਰਿਥਵੀ ਦੀ ਪਾਲਣਾ ਕਰਨ ਵਾਲੇ ਹੋ ਹਰ ਇੱਕ ਦੇ ਉੱਪਰ ਤਰਸ ਕਰਨ ਵਾਲੇ ਹੋ ਸਰਬ ਘਟਾ ਕਰਤ ਪ੍ਰਤਪਾਲ ਸਾਰਿਆਂ ਦੇ ਹਿਰਦਿਆਂ ਦੀ ਹਰ ਸਰੀਰ ਦੇ ਅੰਦਰ ਬੈਠ ਕੇ ਉਹਦੀ ਸੰਭਾਲ ਕਰਦੇ ਨੇ ਪ੍ਰਤਪਾਲਣਾ ਕਰਦੇ ਨੇ ਸਵਾਸ ਦੇਈ ਜਾ ਰਹੇ ਜਿਸ ਤਰ੍ਹਾਂ ਦੀ ਭਾਵਨਾ ਸੋਚ ਹੋਏਗੀ ਉਸ ਤਰ੍ਹਾਂ ਦੇ ਗੁਣ ਉਗਣ ਦੇ ਦਿੰਦੇ ਨੇ ਉਹਦਾ ਨਿਜ਼ਮ ਹੈ ਇਨਫਿਨਾਈਟ ਆਪਰੇਟਿੰਗ ਸਿਸਟਮ ਹੈ ਕਮਾਲ ਦਾ ਆਪਰੇਟਿੰਗ ਸਿਸਟਮ ਹੈ ਜਿਹਨੂੰ ਨਿਜ਼ਮ ਕਿਹਾ ਉਹਦੇ ਇੱਕ ਹਿੱਸੇ ਨੂੰ ਦੁਨੀਆ ਲਾਫ ਕ੍ਰिएशन ਕਹਿੰਦੀ ਹੈ ਕੁਦਰਤ ਦਾ ਨਿਜ਼ਮ ਕਹਿੰਦੀ ਹੈ ਪਰ ਕੁਦਰਤ ਦੇ ਨਿਜ਼ਮ ਨੂੰ ਵੀ ਕੰਟਰੋਲ ਕਰਨ ਵਾਲਾ ਉਹਦਾ ਬਹੁਤ ਵੱਡਾ ਆਪਰੇਟਿੰਗ ਸਿਸਟਮ ਹੈ ਆਹ ਦੇ ਪੁਰਖ ਕਾਰਨ ਕਰਤਾ ਰ ਉਹ ਮੁੱਢ ਤੋਂ ਹੈ ਉਹਦੀ ਹੋਂਦ ਹੈ ਪੁਰਖ ਉਹ ਕਰਤਾ ਹੈ ਕ੍ਰੀਏਟਰ ਹੈ ਤੇ ਕਾਰਨ ਉਹਦੇ ਕੋਲ ਨੇ ਜਦੋਂ ਰਹਿਮਤ ਕਰਨ ਤੇ ਹੁੰਦਾ ਕਿਵੇਂ ਕਾਰਨ ਵਰਤੋਂਦਾ ਪਤਾ ਹੀ ਨਹੀਂ ਲੱਗਦਾ ਕਬ ਉਹ ਚੰਚਿਤ ਹੁੰਦਾ ਹੈ। ਉਹ ਕਤਕ ਹੁੰਦੇ ਨੇ। ਉਹਨੂੰ ਯਾਦ ਕਰੀਏ ਅੱਖਾਂ 'ਚ ਵਹਿਰਾਗ ਦੇ ਹੰਝੂ ਨਿਕਲਦੇ ਨੇ। ਭਾਵੇਂ ਤੇ ਜਾਣਾਂ ਕਿ ਪ੍ਰਾਨ ਆਧਾਰ ਭਗਤਾਂ ਦੇ ਲਈ ਆਪਣੇ ਪਿਆਰਿਆਂ ਦੇ ਲਈ ਜਾਨ ਚੱਕਰਾਂ ਦੇ ਲਈ ਉਹਦਾ ਓਟ ਆਸਰਾ ਹੀ ਉਹਨਾਂ ਦੇ ਪ੍ਰਾਨ ਨੇ। ਵਾਹਿਗੁਰੂ ਜੀ ਦੇ ਵਿਸ਼ਵਾਸ ਵਿੱਚ ਆਪਣੇ ਪਿਆਰੇ ਦੇ ਰਹਿਮਤਾ ਦੇ ਵਿੱਚ ਹੀ ਉਹ ਜਿਉਂਦੇ ਨੇ ਜੋ ਜੋ ਜਪ ਐਸ ਹੋਏ ਪਨੀਤ ਜਿਹੜੇ ਜਪਦੇ ਨੇ ਜਿਨ੍ਹਾਂ ਨੂੰ ਜ਼ਿੰਦਗੀ ਜਪ ਬਣਾਉਣੀ ਆ ਗਈ ਜਪਨਾ ਕਿਵੇਂ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਸਭ ਤੋਂ ਪਹਿਲੀ ਬਾਣੀ ਹੀ ਜਪ ਹੈ ਜਿਹਨੂੰ ਸ੍ਰੀ ਜਪਜੀ ਸਾਹਿਬ ਕਹਿੰਦੇ ਉਸ ਨੂੰ ਪ੍ਰੈਕਟੀਕਲ ਜ਼ਿੰਦਗੀ ਚ ਜਿਉਣ ਦੇ ਨਾਲ ਜ਼ਿੰਦਗੀ ਹੀ ਜਪ ਬਣ ਜਾਂਦੀ ਹੈ ਔਰ ਸੋਚ ਪਵਿੱਤਰ ਸੁਭਾਅ ਪਵਿੱਤਰ ਉਹਨਾਂ ਦੇ ਮਿਸ਼ਨ ਪਵਿੱਤਰ ਉਹ ਆਪਾ ਵਾਰਦੇ ਨੇ ਉਨ੍ਹਾਂ ਦੀ ਜ਼ਿੰਦਗੀ ਦਾ ਹਰ ਹਿੱਸਾ ਨਿਰਮਲ ਬਣ ਜਾਂਦਾ ਹੈ ਜਿਨ੍ਹਾਂ ਨੂੰ ਜਪਣਾ ਆ ਗਿਆ ਜੋ ਜ਼ਿੰਦਗੀ ਨੂੰ ਜਪ ਬਣਾ ਗਏ ਭਾਗੇ ਤਾਂ ਭਾਏ ਲਾਵਾ ਮਨ ਹੀਤ ਉਨ੍ਹਾਂ ਨੂੰ ਆਪਣੇ ਗੁਰੂ ਦੇ ਲਈ ਆਪਣੇ ਪਿਆਰੇ ਦੇ ਲਈ ਆਪਾ ਵਰਨਾ ਆ ਗਿਆ ਆਪਣੇ ਪਿਆਰੇ ਲਈ ਆਪਾ ਵਰਨਾ ਹੀ ਭਗਤੀ ਬਣ ਗਈ ਪਿਆਰੇ ਦੀ ਮਿੱਠੀ ਮਿੱਠੀ ਯਾਦ ਦੇ ਸਿਮਰਨ ਰਸ ਵਿੱਚ ਜਿਉਣਾ ਹੀ ਭਗਤੀ ਬਣ ਗਈ ਉਹਦੇ ਪ੍ਰੇਮ ਰਸ ਵਿੱਚ ਰਹਿਂ ਮਿਤ ਪਿਆ ਰਹਿੰਦਾ ਹੈ ਮਨ ਉਹ ਭਗਤ ਵਾਹਿਗੁਰੂ ਜੀ ਨੂੰ ਪਾ ਜਾਂਦੇ ਨੇ ਅੰਦਰ ਲਿਵ ਲੱਗ ਜਾਂਦੀ ਹੈ ਪ੍ਰੀਤ ਮਿਲਦੀ ਹੈ ਐਸੇ ਵਾਹਿਗੁਰੂ ਜੀ ਦੇ ਅਗੇ ਨਿਮਰਤਾ ਵਾਲੇ ਜੀਵਨ ਹੀ ਪ੍ਰਵਾਨ ਹੁੰਦੇ ਨੇ ਜਿਨ੍ਹਾਂ ਅੰਦਰ ਇੱਕ ਭਾਵਨਾ ਹੁੰਦੀ ਹੈ ਆਮ ਨਿਰਗੁਣ ਯਾਰ ਨਹੀਂ ਅਜਾਣ ਅਸੀਂ ਤੇ ਸਭ ਤੋਂ ਨੀਵੇਂ ਹਾਂ ਚਾਕਰ ਹਾਂ ਸਭ ਦੇ ਚਾਕਰ ਹਨ ਲੱਗਦਾ ਮੈਂ ਨਿਰਗੁਣ ਆਰਾ ਮੇਰੇ ਚ ਗੁਣ ਨਹੀਂ ਮੈਂ ਅਣਜਾਣ ਇਸ ਲਈ ਉਹ ਪਿਆਰੇ ਦੇ ਚਾਕਰ ਬਣ ਕੇ ਸਭ ਦੇ ਚਾਕਰ ਬਣਦੇ ਨੇ ਟੱਕਰੀ ਕਰਦੇ ਨੇ ਦੂਸਰਾਂ ਲਈ ਜਿਉਂਦੇ ਨੇ ਅਰਦਾਸ ਕਰਦੇ ਨੇ ਆਪਣੇ ਪਿਆਰੇ ਅਗੇ ਨਾਨਕ ਤੁਮਰੀ ਸ਼ਰਨ ਪੁਰਖ ਭਗਵਾਨ ਇਹ ਪਰਿਪੂਰਨ ਭਗਵਾਨ ਕਾਲਪੁਰਖ ਵਾਿਗ੍ਰਜਿਓ ਤੁਹਾਡੀ ਸ਼ਰਨ ਹੀ ਮੇਰਾ ਜੀਵਨ ਹੈ ਤੁਹਾਨੂੰ ਸਮਰਪਿਤ ਹੋ ਕੇ ਆਪਾ ਵਰਨਾ ਹੀ ਮੇਰੀ ਜ਼ਿੰਦਗੀ ਦਾ ਨਿਸ਼ਾਨਾ ਹੈ ਜਿਨ੍ਹਾਂ ਨੂੰ ਇਸ ਤਰ੍ਹਾਂ ਦੀ ਭਾਵਨਾ ਮਿਲ ਗਈ ਸਰਬ ਬੈਕੰਠ ਮੁਕਤਮੋਖ ਪਾਏ ਉਹ ਹਰ ਤਰ੍ਹਾਂ ਦੀ ਚਿੰਤਾ ਦੁੱਖ ਹੰਕਾਰ ਲੋਭ ਲਾਲਚ ਆਦਿਕ ਦੀਆਂ ਆਦਤਾਂ ਤੋਂ ਮੁਕਤ ਹੋ ਜਾਂਦੇ ਨੇ ਉਨ੍ਹਾਂ ਦੇ ਅੰਦਰ ਇੱਕ ਸਵਰਗ ਮਈ ਮਾਹੌਲ ਹੁੰਦਾ ਹੈ ਸਵਰਗ ਵਰਗਾ ਨਜ਼ਾਰਾ ਉਹ ਜਿੱਥੇ ਬੈਠਦੇ ਨੇ ਉਹ ਸਵਰਗ ਵਰਗਾ ਨਜ਼ਾਰਾ ਪੈਦਾ ਕਰ ਦਿੰਦੇ ਇੱਕ ਨਿਮਕ ਹਰ ਕੇ ਗੁਣ ਗਾਏ ਕੋਈ ਇੱਕ ਛਿਨ ਵੀ ਅਗਰ ਵਾਹਿਗੁਰੂ ਜੀ ਦੇ ਗੁਣਾਂ ਨੂੰ ਵਰਤ ਕੇ ਗੁਣਾਂ ਦਾ ਸ਼ੁਕਰਾਨਾ ਕਰਕੇ ਗੁਣਾਂ ਦਾ ਪਰਪਕਾਰ ਕਰਦਾ ਹੈ ਅੰਦਰ ਆਨੰਦ ਹੀ ਆਨੰਦ ਹੁੰਦਾ ਹਨ ਇਹ ਕਹ ਰਾਜ ਭੋਗ ਵਢਿਆਈ ਆ ਦੁਨੀਆ ਦੇ ਸੁੱਖ ਸਹੂਲਤਾ ਰਾਜ ਪਹਾਗ ਭੋਗ ਭੋਗਣੇ ਇਹ ਤੋਂ ਕਿਤੇ ਵੱਡੀ ਵਡਿਆਈ ਹੈ ਵਾਹਿਗੁਰੂ ਜੀ ਦੇ ਅਨੰਦ ਦੀ ਇਹ ਅਨੰਦ ਕੁਛ ਵੀ ਨਹੀਂ ਅਨੰਦ ਅਨੰਦ ਸਭ ਕੋ ਕਹੇ ਅਨੰਦ ਗੁਰੂ ਤੇ ਜਾਣਿਆ ਜਿੰਨਾ ਚਿਰ ਪਿਆਰੇ ਦੇ ਲਈ ਆਪਾ ਵਾਰ ਕੇ ਉਹਦੀ ਪ੍ਰੇਮ راستੀਆਂ ਬੂੰਦਾਂ ਦਾ ਰਸਨੀ ਮਾਣਿਆ ਉਹਨਾਂ ਤੇਰਾ ਦੁਨਿਆਵੀ ਸੁਖ ਸੂਲ ਤਾਂ ਰਾਜ-ਪਾਗ ਵੱਡੇ ਲੱਗਦੇ ਨੇ ਜਦੋਂ ਰਸ ਮਿਲ ਗਿਆ ਪਤਾ ਲੱਗਦਾ ਤਾਂ ਕੁਝ ਵੀ ਨਹੀਂ ਹਰ ਕੇ ਨਾਮ ਕੀ ਕਥਾ ਮਨ ਪਾਈ ਤੇ ਰੱਬ ਦੇ ਨਿਜ਼ਮ ਦੀਆਂ ਵਿਚਾਰਾਂ ਰੱਬੀ ਉਪਦੇਸ਼ ਦੀਆਂ ਵਿਚਾਰਾਂ ਉਹਦੀ ਬਖਸ਼ਿਸ਼ ਉਹਦੀ ਮਿੱਟੀ-ਮਿੱਟੀ ਯਾਦ ਦੀਆਂ ਵਿਚਾਰਾਂ ਬੜੀਆਂ ਚੰਗੀਆਂ ਲੱਗਦੀਆਂ ਨੇ ਇਸ ਮਾਰਗ ਦੀਆਂ ਬਾਤਾਂ ਸਾਰੀ ਹਰ ਕੇ ਨਾਮ ਕੀ ਕਥਾ ਹੈ ਗੁਰਬਾਣੀ ਇਹ ਜਿਵੇਂ ਜਿਵੇਂ ਵਿਚਾਰ ਸੁਣਾਂਗੇ ਮਨ ਨੂੰ ਚੰਗੀ ਲੱਗਦੀ ਹੈ ਪ੍ਰੇਮ ਵਧਦਾ ਜਾਂਦਾ ਹੈ ਬਹੁ ਭੋਜਨ ਕਾ ਪ੍ਰਸੰਗੀਤ ਫਿਰ ਪਤਾ ਲੱਗਦਾ ਹੈ ਕਿ ਗੁਰੂ ਕੀ ਵਿਚਾਰ ਇਹਦੇ ਮੁਕਾਬਲੇ ਤੇ ਦੁਨੀਆ ਦੇ ਭੋਜਨਾਂ ਦਾ ਰਸ ਕੱਪੜਿਆਂ ਦਾ ਰਸ ਸੰਗੀਤ ਦਾ ਰਸ ਕੁਝ ਵੀ ਨਹੀਂ ਸਭ ਤੋਂ ਵੱਡਾ ਰਸ ਹੈ ਰਸਨਾ ਜਪਤੀ ਹਰ ਹਰ ਨੀਤ ਜਦੋਂ ਸੁਰਤ ਪਿਆਰੇ ਦਾ ਪ੍ਰੇਮ ਰਸ ਮਾਣਦੀ ਹਰਵੇਂ ਇਹ ਸਭ ਤੋਂ ਵੱਡਾ ਰਸ ਹੈ ਉਤਮ ਰਸ ਹੈ ਭਲੀ ਸੋ ਕਰਨੀ ਸ਼ੋਭਾ ਤਨਵੰਤ ਜਿਹੜੇ ਇਸ ਰਸ ਨੂੰ ਮਾਨਦੇ ਨੇ ਉਹਨਾਂ ਦੀ ਕਰਨੀ ਉਹਨਾਂ ਦੇ ਕਰਮ ਭਲੇ ਹੁੰਦੇ ਨੇ ਉਹ ਆਪਣੇ ਲਈ ਨਹੀਂ ਜਿਉਂਦੇ ਦੂਜਿਆਂ ਲਈ ਜਿਉਂਦੇ ਨੇ ਉਹ ਅੰਦਰੋਂ ਅਮੀਰ ਹੁੰਦੇ ਨੇ ਤਨਵੰਤ ਉਹਨਾਂ ਦੀ ਸੋਚ ਅਮੀਰ ਹੁੰਦੀ ਹੈ ਉਹਨਾਂ ਦਾ ਸੁਭਾਅ ਅਮੀਰ ਹੁੰਦਾ ਹੈ ਉਹ ਵੱਡੇ ਜ਼ਿਗਰੇ ਵਾਲੇ ਖੁੱਲੇ ਦਿਲ ਵਾਲੇ ਹੁੰਦੇ ਨੇ ਉਹਨਾਂ ਦੀ ਗੁਰੂ ਦੀਆਂ ਨਜ਼ਰਾਂ 'ਚ ਅਸਲੀ ਵਡਿਆਈ ਹੁੰਦੀ ਹੈ ਹਿਰਦੈ ਵਸੇ ਪੂਰਨ ਗੁਰਮੰਤ ਕਿਉਂਕਿ ਉਹਨਾਂ ਦੇ ਹਿਰਦੇ ਵਿੱਚ ਰੱਬ ਦਾ ਪੂਰਾ ਉਪਦੇਸ਼ ਗੁਰ ਸਰੂਪ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਜੋ ਦਿੱਤੇ ਉਪਦੇਸ਼ ਨੇ ਉਹਨਾਂ ਦੇ ਹਿਰਦੇ 'ਚ ਵਸਦੇ ਨੇ ਉਹਨਾਂ ਦੀ ਜ਼ੁਬਾਨ ਗੁਰੂ ਦੇ ਉਪਦੇਸ਼ਾਂ ਅਨਸਾਰ ਹੁੰਦੀ ਹੈ ਉਹਨਾਂ ਦੀ ਸੋਚ ਮਿਸ਼ਨ ਨਿਸ਼ਾਨੇ ਗੁਰੂ ਦੇ ਉਪਦੇਸ਼ ਅਨਸਾਰ ਹੁੰਦੇ ਨੇ ਗੁਰੂ ਦਾ ਉਪਦੇਸ਼ ਉਹਨਾਂ ਦੇ ਅੰਦਰ ਵਸਦਾ ਹੈ ਮਨ ਤੂੰ ਹੁੰਦਾ ਹੈ ਸਲਾ ਉਹ ਸਲਾ ਜਿਹੜੀ ਮਨ ਦੇ ਅੰਤਰ ਮਾਈਂਡ ਡਾਇਰੈਕਸ਼ਨ ਨੂੰ ਡਾਇਵਰਟ ਕਰਕੇ ਸਹੀ ਦਿਸ਼ਾ ਵੱਲ ਜਾਣ ਵਾਲੀ ਉਹ ਹੈ ਗੁਰਬਾਣੀ ਦੀਆਂ ਸਿੱਖਿਆਵਾਂ ਉਹਨਾਂ ਦੇ ਹਿਰਦੇ ਵਿੱਚ ਵਸਦੇ ਨੇ ਨਾਪਤ ਕਰਦੇ ਨੇ ਗੁਰੂ ਕੀ ਸੰਗਤ ਵਿੱਚੋਂ ਉਹਨਾਂ ਨੂੰ ਮਹਿਸੂਸ ਹੁੰਦਾ ਹੈ ਸਾਧ ਸੰਗ ਪ੍ਰਭ ਦੇ ਹੋ ਨਿਵਾਸ ਇਹ ਵਾਹਿਗੁਰੂ ਜੀ ਹਰ ਵੇਲੇ ਗੁਰੂ ਦੀ ਸੰਗਤ ਵਿੱਚ ਮਨ ਨਿਵਾਸ ਕਰੇ ਉਹ ਆਪਣੇ ਆਪ ਵਿੱਚ ਗੁਰੂ ਦੀਆਂ ਵਿਚਾਰਾਂ ਕਰਦੇ ਰਹਿੰਦੇ ਨੇ ਗੁਰੂ ਦੇ ਮਿਸ਼ਨ ਬਾਰੇ ਸੋਚਦੇ ਰਹਿੰਦੇ ਨੇ ਆਪਾ ਵਾਰਨ ਦੇ ਲਈ ਪਲਾਨ ਬਣਾਉਂਦੇ ਰਹਿੰਦੇ ਨੇ ਉਹ ਅੰਦਰੋਂ ਹੀ ਸੰਗਤ ਵਿੱਚ ਉਹਨਾਂ ਦਾ ਮਨ ਨਿਵਾਸ ਹੁੰਦਾ ਹੈ ਜਿੱਥੇ ਬੈਠਦੇ ਨੇ ਸਤਸੰਗਤ ਵਰਗਾ ਮਾਹੌਲ ਸਰ ਜੀ ਲੈਂਦੇ ਨੇ ਸਰਬ ਸੁਖ ਨਾਨਕ ਪਰਗਾਸ ਹੈ ਨਾਨਕ ਜੀ ਇਹ ਸਭ ਤੋਂ ਵੱਡਾ ਸੁਖ ਅੰਦਰ ਸੰਤੁਸ਼ਟੀ ਤੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਜਿਦੇ ਵਿੱਚ ਉਹ ਸੋਜੀ ਤੇ ਆਨੰਦ ਖੇੜਾ ਮਿਲਦਾ ਹੈ ਪ੍ਰਗਾਸ ਸਲੋਕ ਕਿ ਕਿਵੇਂ ਆਸਪਦੀ ਦੇ ਨਾਲ ਇਹ ਸ਼ਲੋਕ ਹੈ ਸਰਗੁਣ ਨਿਰਗੁਣ ਨਰੰਕਾਰ ਸੰ ਸਮਾਧੀ ਆਪ ਸਰਗੁਣ ਆ ਜਿਹੜਾ ਪਸਾਰਾ ਯੂਨੀਵਰਸ ਅਸੀਂ ਦੇਖ ਰਹੇ ਜਿੰਨਾ ਵੀ ਵਿਜੀਬਲ ਪਾਰਟ ਹੈ ਦਿਖਾਈ ਦੇਣ ਵਾਲਾ ਉਹਦੇ ਅੰਦਰ ਉਹ ਨਿਜ਼ਮ ਹੈ ਉਹ ਸ਼ਕਤੀ ਹੈ ਜਿਹਦੇ ਆਸਰੇ ਚੱਲ ਰਿਹਾ ਹੈ ਸਾਡੇ ਅੰਦਰ ਜੋਤ ਹੈ ਆਤਮਾ ਹੁਲਾ ਦੇ ਅੰਦਰ ਸ਼ਕਤੀ ਹੈ ਜਿਹੜੀ ਰੰਗ ਪਾ ਰਹੀ ਹੈ ਪਾਣੀ ਦੇ ਅੰਦਰ ਹਰ ਥਾਂ ਤੇ ਉਹ ਨਿਰਗੁਣ ਸਰੂਪ ਹੈ ਨਿਰੰਕਾਰ ਹੈ ਉਹਦੀ ਆਪਣੀ ਕੋਈ ਹੋਣ ਨਹੀਂ ਸਨ ਸਮਾਦੀ ਉਥੇ ਫੁਰਨੇ ਖਿਆਲ ਨਹੀਂ ਗੁਰਮਤ ਦੀ ਸੰਸਮਾਦੀ ਹੋਰ ਚੀਜ਼ ਹੈ ਰੱਬ ਦੀ ਸੰਸਮਾਦੀ ਹੋਰ ਰੱਬ ਦੀ ਸੁੰਨ ਸਮਾਧੀ ਵਿੱਚ ਫੁਰਨੇ ਆਵਾਜ਼ਾਂ ਨਹੀਂ ਉਹਦੀ ਕਲਾ ਵਾਪਰਦੀ ਜਾਂਦੀ ਹੈ ਰੰਗ ਭਰੇ ਜਾਂਦੇ ਨੇ ਉਲਾ ਵਿੱਚ ਹਨਗਣਤ ਕਿਸਮ ਦੀਆਂ ਸ਼ਕਤੀਆਂ ਦੇ ਵਰਤਾਰੇ ਵਰਤ ਨੇ ਗੁਰਮਤਿ ਦੀ ਸੁੰਨ ਸਮਾਧੀ ਹੈ ਕਿ ਅੰਦਰ ਕੋਈ ਬੁਰੇ ਵਿਚਾਰ ਨਾ ਆਉਣੇ ਚੰਗੇ ਵਿਚਾਰ ਉੱਠਣ ਉਹ ਤਾਂ ਚਾਹੀਦੇ ਨੇ ਇੰਨਾ ਨਹੀਂ ਮਨ ਸੁੰਨ ਹੋਣਾ ਚਾਹੀਦਾ ਕਿ ਮਨ ਕੁਝ ਕਰਨਾ ਹੀ ਨਾ ਚਾਵੇ ਯਾਨੀ ਆਪਾ ਬਾਰਨੇ ਕੌਮ ਦੇ ਲਈ ਕੁਛ ਆਪਾ ਬਾਰਨੇ ਅੰਦਰ ਫੁਰਨੇ ਫੁਰਨਗੇ ਅੰਦਰ ਪਲਾਨਿੰਗ ਬਣेंगी ਅੰਦਰ ਸੋਚ ਬਣेंगी ਆਖੀ ਤੇ ਕੁਛ ਕਰੇਗਾ ਦੇ ਪਰਵਕਾਰੀ ਬਣਨੇ ਇਹ ਸਾਰੇ ਵਰਤਾਰੇ ਉਸ ਵਾਹਿਗੁਰੂ ਜੀ ਦੇ ਆਪਨੇ ਨੇ ਆਪ ਹਨ ਕੀਆ ਨਾਨਕਾ ਹੈ ਆਪੇ ਹੀ ਫਿਰ ਜਾਪ ਇਹ ਨਾਨਕ ਜੀ ਨੇ ਆਪ ਹੀ ਸਭ ਕੁਝ ਪੈਦਾ ਕੀਤਾ ਆਪ ਹੀ ਫਿਰ ਪਿਆਰਾਂ ਤੇ ਬਖਸ਼ਿਸ਼ ਕਰਦਾ ਉਹਦੀ ਬਖਸ਼ਿਸ਼ ਦੇ ਨਾਲ ਉਹਨਾਂ ਦੀ ਜ਼ਿੰਦਗੀ ਜਾਪ ਬਣ ਜਾਂਦੀ ਹੈ ਅਸ਼ਟਪਦੀ ਜਦ ਅਕਾਰ ਇਹ ਕਛਨੰਦ ਦ੍ਰਿਸ਼ਟੀਤਾ ਅਜੋ ਕੁਝ ਵੀ ਦਿਖਾਈ ਦੇ ਰਿਹਾ ਜਦੋਂ ਉਹਦਾ ਆਕਾਰ ਨਹੀਂ ਬਣਿਆ ਹੁੰਦਾ ਇਹ ਸਮੁੱਚਾ ਯੂਨੀਵਰਸ ਹੈ ਇਹ ਚੰ드ਰਮਾ ਤਾਰੇ ਨੇ ਜਾਂ ਫਿਰ ਸਾਡਾ ਸਰੀਰ ਹੈ ਜਦੋਂ ਇਹਦਾ ਆਕਾਰ ਨਹੀਂ ਸੀ ਬਣਿਆ ਮਾਤਾ ਦੇ ਗਰਭ ਵਿੱਚ ਇਹ ਦਿਖਾਈ ਨਹੀਂ ਸੀ ਦਿੰਦਾ ਉਦੋਂ ਜੋਤ ਸੀ ਜਦੋਂ ਕੱਲੀ ਜੋਤ ਸੀ ਸਰੀਰ ਨਹੀਂ ਬਣਿਆ ਜੋਤ ਦੇ ਨਾਲ ਸਰੀਰ ਬਣਨਾ ਸ਼ੁਰੂ ਹੋਇਆ ਅੰਗ ਪੈਰ ਨਹੀਂ ਹਲੇ પાપ પુન તબ કહેતે હોતા اندر ਨਾ ਸੋਚ ਨਾ ਫੁਰਨੀਆ ਫਿਰ পাপ ਤੇ પુਨ ਕਦਾ ਹੋਇਆ ਜੇ ਅਵਤਾਰੀ ਆਪਨ ਸੁਨ ਸਮਾਦ ਫਿਰ ਜਨਮ ਹੁੰਦਾ ਏ ਕੋਈ ਫੁਰਨਾ ਨਹੀਂ ਕੋਈ ਖਿਆਲ ਨਹੀਂ ਕੋਈ ਸੋਚ ਨਹੀਂ ਜੇ ਤੋ ਫੁਰਨਾ ਸੋਚ ਨਹੀਂ ਤਾ ਬੈਰ ਵਿਰੋਧ ਕੇ ਸੰਗ ਕਮਾਤ ਜਨਾੰਦਰ ਹੰਕਾਰ ਨਾ ਨਫਰਤ ਐ ਨਾ ਲੋਭ ਲਾਲਚ ਨਾ ਬੈਰ ਵਿਰੋਧ ਇਹ ਸਭ ਕੁਝ ਬਾਅਦ ਵਿੱਚ ਹੀ ਸਹਿੜਿਆ ਮਨੁੱਖ ਨੇ ਜਿਸ ਤਰ੍ਹਾਂ ਦੇ ਕਲਚਰ ਵਿੱਚ ਰਿਹਾ ਉਸ ਤਰ੍ਹਾਂ ਦਾ ਚੰਜਟੇ ਦੇ ਅੰਦਰ ਆ ਗਿਆ ਜਿਨ੍ਹਾਂ ਦੇਸ਼ਾਂ ਵਿੱਚ ਨਿਜ਼ਮ ਫਾਲੋ ਕੀਤੇ ਜਾਂਦੇ ਨੇ ਉਥੇ ਬੱਚਾ ਗ੍ਰੋ ਅਪ ਹੁੰਦਾ ਉਹ ਨਿਜ਼ਮ ਫਾਲੋ ਕਰਨ ਵਾਲਾ ਬਣ ਜਾਂਦਾ ਜਿਨ੍ਹਾਂ ਦੇਸ਼ਾਂ ਵਿੱਚ ਨਿਜ਼ਮ ਹੀ ਕੋਈ ਨਹੀਂ ਫਾਲੋ ਕੀਤਾ ਜਾਂਦਾ ਉਥੇ ਬੱਚਾ ਗ੍ਰੋ ਅਪ ਹੁੰਦਾ ਨਿਜ਼ਮਾਂ ਨੂੰ ਜਾਂ ਤਾਂ ਜਿਵੇਂ ਬਣਦਾ ਜਦੋਂ ਸਾਡੇ ਹੋਮ ਕੰਟਰੀ ਵਿੱਚ ਪੰਜਾਬ ਦੇ ਵਿੱਚ ਕੋਈ ਡਰਾਈਵਿੰਗ ਕਰਦਾ ਉੱਥੇ ਗਰੋਅਪ ਹੁੰਦਾ ਹੈ ਡਰਾਈਵਿੰਗ ਕਰਦਾ ਤੇ ਕਹਿੰਦੇ ਵੀ ਕਿਡਾ ਐਕਸਪਰਟ ਹੈ ਜੀ ਇੱਧਰ ਉਹਨੇ ਟਰੱਕ ਦੇ ਇੱਧਰ ਦੀ ਕਰਤਾ ਬੱਸ ਦੇ ਇੱਧਰ ਦੀ ਕਰਤਾ ਕਿਉਂਕਿ ਕਲਚਰ ਨਹੀਂ ਬਣਤਾ ਉਹਦੇ ਅੰਦਰ ਪਰ ਜਦੋਂ ਕਿਤੇ ਇਹਨਾਂ ਦੇਸ਼ਾਂ ਵਿੱਚ ਇਦਾਂ ਕਰੇਗਾ ਉਹ ਕਹਣਗੇ ਬੜਾ ਮੂਰਖ ਹੈ ਇਹਦਾ ਮਤਲਬ ਜਦੋਂ ਇਹ ਸਰੀਰ ਨਹੀਂ ਸੀ ਬਣਿਆ ਹਲੇ ਜੋਤ ਸੀ ਇਕੱਤਰ ਹੋ ਰਿਆ ਸੀ ਅੰਗ ਪੈਰ ਨਹੀਂ ਸੀ ਬਣੇ ਕੋਈ ਪਾਪ ਪੁੰਨ ਨਹੀਂ ਕੋਈ ਅੰਦਰ ਵਿਚਾਰ ਨਹੀਂ ਉਸ ਤਰ੍ਹਾਂ ਦੇ ਤੇਰੇ ਮਾਤਾ ਦੇ ਗਰਭ ਵਿੱਚ ਕੋਈ ਸੋਚ ਨਹੀਂ ਕੋਈ ਵਿਚਾਰ ਨਹੀਂ ਬੈਰ ਵਿਰੋਧ ਕਿੱਥੋਂ ਆਏਗਾ ਬਾਅਦ ਵਿੱਚ ਹੀੜਿਆ ਜਬ ਇਸ ਕਾ ਬਨ ਚਹਨ ਨਾਂ ਜਾਪਤ ਉਹਨੂੰ ਤਾਂ ਬਨ ਚੇਨ ਵੀ ਨਹੀਂ ਪਤਾ ਇਹਦਾ ਜੈਂਡਰ ਨਹੀਂ ਪਤਾ ਸਭ ਹਰ ਕਿਸੋ ਕੋ ਕਿ ਸਭ ਵਿਆਪਤ ਫਿਰ ਇਹਨੂੰ ਖੁਸ਼ੀ ਗਮੀ ਕਿਵੇਂ ਵਿਆਪੇਗੀ ਇਹ ਤਾਂ ਸਾਰਾ ਕੁਝ ਬਾਅਦ ਵਿੱਚ ਜਦੋਂ ਜਨਮ ਹੁੰਦਾ ਉਸ ਤੋਂ ਬਾਅਦ ਇਹ ਵਰਤਾਰੇ ਸ਼ੁਰੂ ਹੋ ਜਾਂਦੇ ਨੇ ਜਬ ਆਪਨ ਆਪ ਆਪਾਰ ਬ੍ਰਹਮ ਦੇ ਵਾਹਿਗੁਰੂ ਜੀ ਆਪ ਹੀ ਨੇ ਉਹ ਦਤਾ ਇਹ ਹੁਣ ਵੀ ਜ਼ਿੰਦਗੀ ਵਿੱਚ ਜੇ ਵਾਹਿਗੁਰੂ ਜੀ ਨੂੰ ਸਮਰਪਿਤ ਹੋ ਜਾਈਏ ਉਹਦਾ ਪ੍ਰੇਮ ਰਸ ਹੀ ਸਾਡੇ ਅੰਦਰ ਸਭ ਕੁਝ ਹੋਵੇ ਸਭ ਮੂਹ ਕਹਾ ਕੇ ਸਹੋਬਤ ਭਰਮ ਫਿਰ ਅੰਦਰ ਪਰਮ ਮੂਹ ਹੁਣ ਵੀ ਨਹੀਂ ਵਿਆਪਦਾ ਨਾ ਮਾਤਾ ਦੇ ਗਰਭ ਵਿੱਚ ਵਿਆਪਦਾ ਸੀ ਤੇ ਜੇ ਹੁਣ ਵੀ ਉਹਦੇ ਪ੍ਰੇਮ ਰਸ ਵਿੱਚ ਜਿਉਣਾ ਆ ਜਾਵੇ ਜੀ ਨੂੰ ਗੁਰਬਾਣੀ ਨੇ ਕਿਹਾ ਪਾਇਆ ਬਾਲ ਬੁੱਧ ਸੁਖਰੇ ਜੋ ਜਦੋਂ ਜਨਮ ਲਿਆ ਸੀ ਮਾਂ ਦੀ ਗੋਦੀ ਵਿੱਚ ਉਸ ਤਰ੍ਹਾਂ ਦੀ ਨਿਰਮਲ ਬੁੱਧ ਉਸ ਤਰ੍ਹਾਂ ਦੀ ਸੋਚ ਹੁਣ ਵੀ ਬਣ ਸਕਦੀ ਹੈ ਪਿਆਰੇ ਦੇ ਪ੍ਰੇਮ ਰਸ ਵਿੱਚ ਰਹਿ ਕੇ ਜਿਆਂ ਜੇ ਗੁਰਬਾਣੀ ਦੀਆਂ ਸਿੱਖਿਆਵਾਂ ਨੂੰ ਜ਼ਿੰਦਗੀ 'ਚ ਜਿਉਏਗਾ ਤੇਰੇ ਤਜਰਬਿਆਂ ਵਿੱਚੋਂ ਨਿਕਲਿਆ ਹੋਇਆ ਆਤਮਿਕ ਗਿਆਨ ਤੇਰੇ ਭਰਮ ਨੂੰ ਦੂਰ ਕਰ ਦੇਗਾ ਕੋਈ ਚਿੰਤਾ ਦਾ ਵਰਤਾਰਾ ਨਹੀਂ ਹੁੰਦਾ ਸਭ ਉਹਦੀਆਂ ਗਲੀਆਂ ਨੇ ਉਹਦੀਆਂ ਪਰਖਿਆਵਾਂ ਨੇ ਉਹਦੇ ਇਮਤਿਹਾਨ ਨੇ ਜਦੋਂ ਪਤਾ ਲੱਗਿਆ ਹਰ ਪਲ ਮੇਰਾ ਇਮਤਿਹਾਨ ਹੈ ਮੇਰਾ ਸਹਿਜ ਨੰਗ ਵਚ ਜਾਵੇ ਹਰ ਪਲ ਮੇਰਾ ਇਮਤਿਹਾਨ ਹੈ ਉਹਦੇ ਮਿਸ਼ਨ ਤੇ ਤੁਰਨ ਦਾ ਜਜ਼ਬਾ ਨੰਗ ਵਾਜ ਜਾਵੇ ਹਰ ਪਲ ਇੱਕ ਐਗਜ਼ਾਮ ਹੈ ਮੇਰੇ ਅੰਦਰਲਾ ਆਨੰਦ ਨਾ ਗਵਾਚ ਜਾਵੇ ਜਿੰਨੀ ਇਹ ਚੇਤਨਾ ਗਹਿਰੀ ਹੋਏਗੀ ਉਤਨਾ ਸੁਚੇਤ ਹੋ ਜਾਏਗਾ ਫਿਰ ਪਰਮਪ੍ਰਿਖਾ ਚੱਕਿਆ ਜਾਏਗਾ ਕਿ ਉਹਦਾ ਹਰ ਵਰਤਾਰਾ ਮੈਨੂੰ ਸਹਿਜ ਦੇ ਰਿਹਾ ਹੈ ਸਿਖਾ ਰਿਹਾ ਸਹਿਜ ਉਹਦਾ ਹਰ ਵਰਤਾਰਾ ਮੈਨੂੰ ਮਜ਼ਬੂਤ ਕਰ ਰਿਹਾ ਹੈ ਇਹ ਤਾਂ ਸਾਰੀ ਖੇਡ ਆਪਨ ਖੇល ਆਪ ਵਰਤੀ ਜਾ ਉਹਦੀ ਆਪਣੀ ਖੇਡ ਅਤੇ ਆਪ ਹੀ ਵਰਤ ਰਿਹਾ ਨਾਨਕ ਕਰਨਾ ਹਾਰ ਨਾ ਦੂਜਾ ਇਹ ਨਾਨਕ ਜੀ ਉਹਦੇ ਤੋਂ ਬਿਨਾ ਕੋਈ ਹੋਰ ਕਰਨ ਹਾਰ ਨਹੀਂ ਜਿਸ ਦਿਨ ਸਮਝ ਹੋ ਗਈ ਫਿਰ ਦੇ ਵਿੱਚ ਪਰੋਇਆ ਗਿਆ ਉਸ ਦਿਨ ਸਾਡੀ ਜ਼ਿੰਦਗੀ ਦੀ ਸੋਚ ਬਖਰੀ ਬਣ ਜਾਂਦੀ ਹੈ ਜਿਉਣ ਦਾ ਤਰੀਕਾ ਵੱਖਰਾ ਬਣ ਜਾਂਦਾ ਹੈ ਪਿਆਰੇ ਲਈ ਆਪਾ ਵਾਰਨ ਦਾ ਜਜ਼ਬਾ ਕਾਮ ਦੇ ਲਈ ਕੁਛ ਕਰਨ ਦਾ ਜਜ਼ਬਾ ਰਿਐਲਿਟੀ ਵਿੱਚ ਚੇਂਜ ਹੋ ਜਾਂਦਾ ਏ ਅਸਲੀਅਤ ਵਿੱਚ ਚੇਂਜ ਹੋ ਜਾਂਦਾ ਏ ਉਹ ਕੇਵਲ ਸੋਚਦਾ ਨਹੀਂ ਉਹ ਦੂਸਰਾਂ ਲਈ ਕੁਛ ਕਰਦਾ ਵੀ ਹੈ ਸਤਿਗੁਰੂ ਕਿਰਪਾ ਕਰਨ ਕੱਲ ਨੂੰ ਫਿਰ ਪਾਵਨ ਅੰਗ 291 ਦੀ ਵਿਚਾਰ ਲੈ ਕੇ ਤੁਹਾਡੇ ਘਰ ਵਿੱਚ ਤੁਹਾਡੇ ਸਨਮੁਖ ਗੁਰੂ ਦਾ ਚਾਕਰ ਤੇ ਤੁਹਾਡਾ ਚਾਕਰ ਬਣ ਕੇ ਫਿਰ ਹਾਜ਼ਰ ਹੋਵਾਂਗਾ ਜੀ ਹੱਦ ਤੱਕ ਲਈ ਗੁਰੂ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਇਗ੍ਰ ਦੀ ਕੀ ਫਤ ਹੈ ਮਨਪੀਰ ਸੋਨ ਸਭ ਕੁ ਵਿਚਾਰਾ